ਸਾਡਾ ਇਹ ਪ੍ਰੋਗਰਾਮ ਵਜ਼ੀਰ-ਏ-ਆਲਾ ਪੰਜਾਬ ਸਰਦਾਰ ਉਸਮਾਨ ਗੁਰਦਾਰ ਸਾਹਿਬ ਫੌਜੀ ਪੜਾਓ ਦੇ ਵਿੱਚ ਜਿਹੜੇ ਦੁਕਾਨਦਾਰ ਮੁਤਾਸਰੀਨ ਹਨ ਉਹਨੇ ਕੁਝ ਮੁਆਵਜ਼ਾ ਦਿੱਤਾ ਗਿਆ ਉਹਦੇ ਸ਼ੁਕਰੀਆ ਅਦਾ ਕਰਨ ਦੇ ਵਾਸਤੇ ਇਹ ਲੋਕ ਇਕੱਠੇ ਹਨ। ਅਸਾਂ ਵੀ ਸਰਦਾਰ ਉਸਮਾਨ ਗੁਰਦਾਰ ਸਾਹਿਬ ਦਾ ਸ਼ੁਕਰੀਆ ਅਦਾ ਕਰ ਰਹੇ ਹਾਂ। ਅਸੀਂ ਕੌਂਸਾ ਨਵੀਂ ਦੁਕਾਨੇ ਇੰਨੇ ਗਰੀਬੇ ਲੋਕਾਂ ਦੀ ਭਰਪੂਰ ਕੋਸ਼ਿਸ਼ ਕੀਤੀ ਇਹਨੇ ਇਮਦਾਦ ਕਰਨ ਵਿੱਚ ਔਰ ਮੈਨੂੰ ਇਹ ਪਤਾ ਲੱਗੇ ਕਿ ਕੁਝ ਲੋਕ ਗਰੀਬੇ ਲੋਕਾਂ ਨੂੰ ਮੁਆਵਜ਼ਾ ਕੰਮ ਮਿਲੇ ਔਰ ਅਸਾਂ ਇਹੀ ਸਾਹਿਬ ਨੂੰ ਆਖ ਰਹੇ ਕਿ ਉਹਨੇ ਕੋਈ ਜਿਹਨੇ ਕੋਈ ਮੁਆਵਜ਼ਾ ਕੰਮ ਮਿਲਿਆ ਕਰੇ ਉਹਨਾਂ ਦੇ ਵਾਸਤੇ ਵੀ ਤੁਸੀਂ ਕੋਸ਼ਿਸ਼ ਕਰੋ ਕਿਉਂਕਿ ਲੋਕ ਇਹਨਾਂ ਨੁਕਸਾਨ ਬਹੁਤ ਸਾਰਾ ਸਹੀ ਚੁੱਕੇ। ਮੈਂ ਉਸਮਾਨ ਗੁਰਦਾਸ ਸਾਹਿਬ ਕੌਂਸਲ ਦੇ ਆਵਾਮ ਦੇ ਵਾਸਤੇ ਜਿਹੜੀ ਕੋਸ਼ਿਸ਼ ਕਰਨੇ ਪੈਣ ਅਸਾਂ ਉਹਨੇ ਕੋਈ ਐਪਰੀਸ਼ੀਏਟ ਕਰਨੇ ਹੈ। ਅਸਾਂ ਹਰ ਉਸਮਾਨ ਗੁਰਦਾਸ ਸਾਹਿਬ ਦੇ ਅੱਛੇ ਕੰਮ ਕੋ ਅਸਾਂ ਐਪਰੀਸ਼ੀਏਟ ਕਰੇ ਸੂ। ਸਾਡਾ ਇਹ ਮੁਤਾਲਬਾ ਹੈ ਕਿ ਕੌਂਸਲ ਕੋ ਵਾਸਤੇ ਜਿੱਦਾਂ ਠੀਕ ਸਕੇ ਉਹ ਕੋਸ਼ਿਸ਼ ਕਰਨ ਔਰ ਇਹਦੇ ਇਲਾਵਾ ਜਿਹੜੇ ਉਹਨੇ ਲੀਕ ਰੋਡ ਕੌਂਸਲ ਦੇ ਲੀਕ ਰੋਡ ਦਾ ਜਿਹੜਾ ਐਲਾਨ ਕੀਤੇ ਅਸਾਂ ਉਹਦੀ ਵੀ ਅਸਾਂ ਉਸਮਾਨ ਗੁਰਦਾਸ ਸਾਹਿਬ ਤੋਂ ਐਪਰੀਸ਼ੀਏਟ ਕਰਨੇ ਹੈ ਕਿਉਂ ਜੋ ਅੱਜ ਤੱਕ ਜਿੱਦਾਂ ਹਕੂਮਤਾਂ ਆਏ ਸਾਡੇ ਕੌਂਸਲ ਵਾਸਤੇ ਕਈ ਵੀ ਇਹੋ ਜਿਹਾ ਇਕਦਾਮ ਨਹੀਂ ਕੀਤਾ ਜਿਹੜਾ ਸਰਦਾਰ ਉਸਮਾਨ ਗੁਰਦਾਸ ਸਾਹਿਬ ਕਰਨੇ ਪੈਣ ਉਹਨੇ ਦੇ ਵਿੱਚ ਕੌਂਸਲ ਦੇ ਆਵਾਮ ਭੁੱਖੇ ਡਰਦੇ ਅਸਾਂ ਉਸਮਾਨ ਗੁਰਦਾਸ ਸਾਹਿਬ ਨੂੰ ਇਹ ਵੀ ਆਖੂ ਕਿ ਕੌਂਸਲ ਦੇ ਵਿੱਚ ਬਹੁਤ ਸਾਰੀ ਬੇਰੁਜ਼ਗਾਰੀ ਹੈ ਸਾਡੇ ਨੌਜਵਾਨ ਬਹੁਤ ਸਾਰੇ ਬੇਰੁਜ਼ਗਾਰ ਹਨ ਉਹਨਾਂ ਦੇ ਵਾਸਤੇ ਵੀ ਕੋਈ ਰੋਜ਼ਗਾਰ ਦਾ ਇੰਤਜ਼ਾਮ ਅਗਰ ਕੀਤਾ ਵਾਂਗੇ ਬਹੁਤ ਚੰਗਾ ਸੀ। ਸਰਦਾਰ ਉਸਮਾਨ ਗੁਰਦਾਸ ਸਾਹਿਬ ਸਾਡੇ ਆਪਣੇ ਇਲਾਕੇ ਦੇ ਬਸਿੰਦੇ ਹਨ ਉਸਮਾਨ ਗੁਰਦਾਸ ਸਾਹਿਬ ਸਾਡੇ ਇਲਾਕੇ ਦੇ ਸ਼ੁਰੂ ਕਰਤਾ ਹੂੰ ਅੱਲਾਹ ਕੇ ਨਾਮ ਸੇ ਬੜੇ ਮਿਹਰਬਾਨ ਹੈ ਨਿਹਾਇਤ ਰਹਿਮ ਕਰਨ ਵਾਲੇ ਹੈ ਕੌਂਸਾ ਸ਼ਰੀਫ ਕੀ ਮੁਤਸਰੀਨ ਲੋਕ ਹੈ ਜੋ ਕਿ ਫੌਜੀ ਪੜਾਓ ਕੇ ਅੰਦਰ ਆਦਰ ਦਰਜੀ ਮੇ ਆਏ ਥੇ ਉਨਕੇ ਬਾਅਦ ਸਰਦਾਰ ਸਾਹਿਬ ਵਜ਼ੀਰ-ਏ-ਆਲਾ ਪੰਜਾਬ ਬਣੇ ਜੋ ਕਿ ਇਹ ਗਰੀਬੋ ਕਾ ਵਜ਼ੀਰ-ਏ-ਆਲਾ ਹੈ ਇਸਨੇ ਗਰੀਬੋ ਕਾ ਅਹਿਸਾਸ ਕਰਕੇ ਉਨਕੀ ਮਦਦ ਕੀ ਉਨਕੇ ਬਾਰੇ ਮੇ ਮੇਰੇ ਭਾਈਓ ਸਭ ਸ਼ੁਕਰ ਗੁਜ਼ਾਰ ਹੈ ਪੂਰੇ ਕੌਂਸਲ ਵਾਲੇ ਉਨਕੀ ਸ਼ੁਕਰ ਗੁਜ਼ਾਰ ਹੈ ਇਮਰਾਨ ਖਾਨ ਸਰਦਾਰ ਉਸਮਾਨ ਖਾਨ ਗੁਲਜ਼ਾਰ ਇਹ ਵਜ਼ੀਰ-ਏ-ਆਲਾ ਔਰ ਵਜ਼ੀਰ-ਏ-ਆਜ਼ਮ ਗਰੀਬੋ ਕੇ ਵਜ਼ੀਰ-ਏ-ਆਜ਼ਮ ਹੈ ਔਰ ਇਨਕੋ ਗਰੀਬੋ ਕਾ ਅਹਿਸਾਸ ਹੈ ਔਰ ਅਸਿਸਟੈਂਟ ਕਮਿਸ਼ਨਰ ਐਸੇ ਸਾਹਿਬ ਕੌਂਸਾ ਜੋ ਕਿ ਯਹਾਂ ਪੇ ਮੁਕਰਰ ਹੁਆ ਯੇ ਅੱਲਾਹ ਕੀ ਮਿਹਰਬਾਨੀ ਹੈ ਤੁਮਸੇ ਵਾਲੋਂ ਪਰ ਔਰ ਜੋ ਕਿ ਵਜ਼ੀਰ-ਏ-ਆਲਾ ਉਸਮਾਨ ਖਾਨ ਗੁਲਜ਼ਾਰ ਵਜ਼ੀਰ-ਏ-ਆਲਾ ਹੁਆ ਵੋ ਜੰਗਲ ਕੀ ਜਾਨਵਰੋਂ ਕੋ ਵੀ ਅੱਲਾਹ ਨੇ ਆਰਾਮ ਕਰ ਦਿਆ ਹੈ ਯਹਾਂ ਪੇ ਕਦੂ ਪਾਣੀ ਲਾ ਕੇ ਲੈ ਜਾਤੇ ਥੇ ਵਹਾਂ ਪੇ ਅੱਲਾਹ ਕੀ ਫਜ਼ਲ ਓ ਕਰਮ ਸੇ ਆਜ ਜੋ ਨਵਾਂ ਦੌਰ ਜਾਰੀ ਹੈ ਗਾੜੀ ਚੱਲ ਰਹੀ ਹੈ ਔਰ ਪਾਣੀ ਮਿਲ ਰਿਹਾ ਹੈ ਲੋਕੋ ਕੋ ਮੇਰੇ ਭਾਈ ਔਰ ਦੋਸਤੋ ਯੇਸ ਇਮਰਾਨ ਖਾਨ ਵਜ਼ੀਰ-ਏ-ਆਜ਼ਮ ਪਾਕਿਸਤਾਨ ਉਨਕੋ ਗਰੀਬੋ ਕੀ ਅਹਿਸਾਸ ਹੈ ਮੇਰੇ ਭਾਈ ਔਰ ਦੋਸਤੋ ਵੋ ਕਹਿਨਾ ਗਰੀਬੋ ਕੀ ਵਜ਼ੀਰ-ਏ-ਆਜ਼ਮ ਹੈ ਔਰ ਜੋ ਨਾ ਇਨਸੇਮਾਨ ਹਮਾਰੇ ਫੌਜੀ ਪੜਾਓ ਕੇ ਅੰਦਰ ਜੋ ਮੁਤਸਰ ਹੁਆ ਹੈ ਕੁਛ ਅਪਰਾਧ ਕਾ ਗਰੀਬੋ ਕਾ ਜੋ ਨਾਮ ਇਨਮੇ ਸੇ ਕਾਟੇ ਗਏ ਹੈ ਲੈ ਗਏ ਹੈ ਹਮ ਏਸੀ ਸਾਹਿਬ ਔਰ ਵਜ਼ੀਰ-ਏ-ਆਲਾ ਪੰਜਾਬ ਸਰਦਾਰ ਉਸਮਾਨ ਖਾਨ ਗੁਲਜ਼ਾਰ ਸੇ ਅਪੀਲ ਕਰਤੇ ਹੈ ਮਿਹਰਬਾਨੀ ਕਰਕੇ ਉਨਕੋ ਵੀ ਮੁਆਵਜ਼ਾ ਦੀਏ ਜਾਏ ਸਰਦਾਰ ਉਸਮਾਨ ਗੁਲਜ਼ਾਰ ਵਜ਼ੀਰ-ਏ-ਆਲਾ ਪੰਜਾਬ ਤਹਿਰੀਕ-ਏ-ਇਨਸਾਫ਼ ਇਮਰਾਨ ਖਾਨ ਵਜ਼ੀਰ-ਏ-ਆਲਾ ਪਾਕਿਸਤਾਨ ਮੈਂ ਆਪਣੇ ਸਾਰੇ ਦੋਸਤ ਗ੍ਰਾਮ ਦਾ ਸ਼ੁਕਰੀਆ ਅਦਾ ਕਰਨਾ ਜਾ ਰਿਹਾ ਅਸਾਂ ਖਸੂਸੀ ਮਿਹਨਤ ਕੀਤੀ ਹੈ ਆਪਣੇ ਦੋਸਤੇ ਕੋਲੋਂ ਆਪਣਾ ਹੱਕ ਦਿਵਾਉਣ ਆਪਣੇ ਦੋਸਤੇ ਤੋਂ ਹੱਕ ਦਿਵਾਉਣ ਦੀ ਖਾਤਰ ਮੈਂ ਜਾਨ ਮਾਲ ਕੀਮਤੀ ਵਕਤ ਲੈ ਸਾਰੇ ਉਹਨਾਂ ਦਾ ਬੇਹੱਦ ਮਸ਼ਹੂਰ ਹੈ ਸਾਰੇ ਹੀ ਖਾਤਰ ਅਸਾਂ ਇਕੱਠੇ ਤੈਂ ਸਰਦਾਰ ਉਸਮਾਨ ਖਾਨ ਗੁਲਜ਼ਾਰ ਦੀ ਖਸੂਸੀ ਮੁਹੱਬਤ ਮਿਹਨਤ ਔਰ ਖਸੂਸੀ ਆਪਣੇ ਮਹੱਲੇ ਵਤਨ ਸ਼ਹਿਰ ਤੋਂਸੇ ਦੀ ਖਾਤਰ ਉਹਨੇ ਇਹ ਅਨਾਊਂਸਮੈਂਟ ਕੀਤੀ ਹੈ ਔਰ ਇਹਨੇ ਕੋ ਆਪਣੇ ਹੱਕ ਦਿਵਾਉਣ ਦੀ ਖਾਤਰ ਆਪਣੇ ਆਪਣਾ ਟਾਈਮ ਲੈ ਟਾਈਮ ਦਿੱਤੇ ਔਰ ਚੈੱਕ ਦਿੱਤਾ ਉਹਨੇ ਖਸੂਸੀ ਮਿਹਰਬਾਨੀ ਦੇ ਵਾਸਤੇ ਮਿਹਰਬਾਨੀ ਦੇ ਵਾਸਤੇ ਅਸਾਂ ਸ਼ੁਕਰੀਆ ਦੇ ਵਾਸਤੇ ਸਾਰੇ ਦੋਸਤ ਹੈ ਔਰ
وزیر اعلی پنجاب سردار عثمان خبردار دا اور ایسی توسا صاحب دا اور نے پوری کمیٹی دا جے محنت کیتی ہے حبیب اللہ خبردار اور سارے دوست احباب عمران خان دی حکومت دے وچ میڈیا والے سارے دوست ہیں انہاں سارے دی محنت سارے دوست دا تعاون شامل حال ہے تا سب کوئی بچہ بچہ دے دو دو لاکھ 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 ملے ਇਹ ਕਮੇਟੀ ਦੇ ਵਿੱਚ ਬਹੁਤ ਸਾਰੇ ਦੋਸਤ ਨੇ ਨਾਂ ਨਹੀਂ ਹੈ ਜਿਹੜੇ ਮੁਤਾਸਰੀਨ ਹੈ ਔਰ ਉਹ ਡੱਕੇ ਛੁੱਪੇ ਨਹੀਂ ਉਹ ਹਰ ਕੋਈ ਵਾਕੇ ਨੇ ਕਿਹੜੇ ਕਿਹੜੇ ਬੰਦੇ ਰਹਿ ਗਏ ਖਾਸ ਕਰ ਇਹ ਹਰ ਮਹੀਨੇ ਜਿਹੜਾ ਕਿਰਾਇਆ ਦਿੰਦੇ ਹੈ ਕਮੇਟੀ ਦਾ ਇੰਚਾਰਜ ਹੀ ਉਹ ਪਤਾ ਹੈ ਪਿਆ ਜੋ ਉਹ ਪਤਾ ਹੈ ਪਿਆ ਜੋ ਜਿਹੜੇ ਬੰਦੇ ਰਹਿ ਗਏ ਮਿਹਰਬਾਨੀ ਕਮਿਸ਼ਨ ਅਸਾਂ ਉਮੀਦ ਰੱਖੋ ਵਜ਼ੀਰ ਆਲਾ ਪੰਜਾਬ ਕੋਲੋ ਸਾਡੀ ਅਪੀਲ ਵੀ ਹੈ ਉਮੀਦ ਵੀ ਹੈ ਇਨਸ਼ਾ ਅੱਲਾਹ ਉਹਨਾਂ ਦੀ ਦਾਦ ਰਸਮੀ ਜ਼ਰੂਰ ਕਰੇ।